हाँ जी बाजी की हाल चाल, एक बार फिर तो तुहाडा स्वागत है जी व्लॉग दे विच। ते अज असीं बनाने जा रहे हैं जी अंडे। बाजी की बनाओगे तुसीं अंडे दा? अज बाजी आज अंडे दा अंडा बनावांगे। मैं तो कुछ और ही समझ रहा था। अंडे दा अंडा बनाओगे? वाह क्या तुसीं व्लॉग दित्ता भाजी, अंडे दा अंडा बनाओगे भाजी अज? ते मैनूं लगदा भाजी अंडे फट चुके ने। फटिया होया अलग कर दिता। ते इहदे विच माल हैगा? अंडे दे बहुत है इहदे विच। है मुर्गी दे बच्चे ने? अच्छा मुर्गी दे बच्चे ने। ते मुर्गी दे बच्चे हले भाजी बने नहीं, सिर्फ लिक्विड दा है ओ भाजी, फिर टुट गया सीगा। कोई चक्कर ते भाजी ने तेल पूरा लहराता ही। आ देखो जी लहरा पे, लहरांदा पे तेल पूरा। ते भाजी तुसी की कर रहे हो? लाइट बाल रहे सी। अच्छा भाजी लाइट बाल देने रे, ज्यादा सी मुर्गी दे विच। ठीक है ते भाजी हुण देख रहे पहला केड़ा अंडा जाऊगा। आ भाजी ने चाकू नाल वढना है कि तोड़ना है? ए टुट गया भाजी, तोड़ो। आइथे ला जला पै गया अंडा उपर। ਭਾਜੀ ਤੁਸੀਂ ਲਿਕੁਇਡ ਅੰਡਾ ਬਣਾ ਰਹੇ ਹੋ? ਲਿਕੁਇਡ ਅੰਡਾ ਬਣਾਇਆ। ਓਕੇ ਲਿਕੁਇਡ ਅੰਡਾ ਬਣਾ ਰਹੇ ਭਾਜੀ। ਇਹ ਸਾਡਾ 750 ਰੁਪਏ ਦਾ ਕਿਲੋ ਆਉਂਦਾ ਹੈ। 750 ਰੁਪਏ ਇਹ ਭਾਜੀ 750 ਰੁਪਏ ਦਾ ਕਿਲੋ ਅੰਡਾ ਆਉਂਦਾ ਹੈ। ਤੇ ਤੁਸੀਂ ਇਹ ਅਗਰ ਖਰੀਦਣਾ ਤੁਹਾਨੂੰ ਨਹੀਂ ਮਿਲੇਗਾ। ਚੁੱਪ ਕਰ ਬੇ ਕੁੱਤੇ, ਇਹ ਸਿਰ ਸਾਨੂੰ ਮਿਲੇਗਾ। ਤੇ ਆ ਦੇਖੋ ਜੀ ਭਾਜੀ, ਆ ਜਿਹੜੇ ਨਾਨ ਵੈਜ ਖਾਣ ਵਾਲੇ ਨੇ ਉਹਨਾਂ ਵਾਸਤੇ ਸੌਰੀ ਉਹਨਾਂ ਵਾਸਤੇ ਬਹੁਤ ਪਿਆਰਾ ਅੰਡਾ ਬਣੇਗਾ, ਉਹਨਾਂ ਵਾਸਤੇ ਸੌਗਾਤ ਬਣੇਗੀ। ਜਿਹੜੇ ਵੈਜੀਟੇਰੀਅਨ ਹੈਗੇ ਨੇ ਉਹਨਾਂ ਵਾਸਤੇ ਸੌਰੀ ਹੈ। ਤੇ ਤੁਹਾਨੂੰ ਅੰਡਾ ਤੁਸੀਂ ਦੇਖੋ, ਭਾਜੀ ਨੇ ਚਮਕਿਆ ਨਾ ਸੁੱਤਿਆ ਮਸਾਲਾ। ਭਾਜੀ ਕਿਹੜਾ ਮਸਾਲਾ ਸੁੱਟਿਆ ਤੁਸੀਂ ਉੱਤੇ? ਆਰਗੈਨਿਕ, ਇਹ ਸਪੈਸ਼ਲ ਦੁਬਈ ਤੋਂ ਆਂਦਾ। ਇਹ ਆਰਗੈਨਿਕ ਮਸਾਲਾ, ਇਹ ਸਪੈਸ਼ਲ ਦੁਬਈ ਤੋਂ ਆਂਦਾ, ਜਿੱਥੇ ਪੀਜ਼ਾ ਉੱਪਰ ਸੁੱਟਦੇ ਨਾ ਆਪਾਂ। ਤੇ ਆ ਭਾਜੀ ਨੇ ਹੁਣ ਕਿਹੜਾ ਇਹ? ਇਹ ਭਾਜੀ ਆਪਣੇ ਸਪੈਸ਼ਲ ਮਸਾਲਾ, ਇਹ ਆਪਾਂ ਰਾਜ ਨਹੀਂ ਦੱਸਦਾ ਕਿਸੇ ਨੂੰ। ਅੱਛਾ ਇਹ ਭਾਜੀ ਦੇ ਆਪਣੇ ਮਸਾਲੇ ਹੈਗੇ ਨੇ ਸਪੈਸ਼ਲ, ਇਹ ਰਾਜ ਰਹਿਣ ਦੋ। ਤੇ ਆ ਦੇਖੋ ਕੁਆਲਿਟੀ ਵਧਾ ਲਈ ਆਪਾਂ। ਤੇ ਭਾਜੀ ਨੇ ਇਹ ਅੰਡੇ ਤੇ ਉੱਤੇ ਮਸਾਲੇ ਸੁੱਟੇ ਨੇ। ਤੇ ਵਾਹ ਜੀ ਵਾਹ ਜੀ, ਫ੍ਰੈਗਰੈਂਸ ਕਿੰਨੀ ਅੱਛੀ ਆ ਰਹੀ ਹੈ ਭਾਜੀ, ਮੇਰਾ ਜੀ ਕਰਦਾ ਮੈਂ ਹੁਣੇ ਖਾ ਲਵਾਂ। ਮਸਾਲੇ ਮਸਾਲੇ ਹੋ ਗਏ ਉਹ, ਮਸਾਲੇ ਮਸਾਲੇ ਹੋ ਗਏ ਨੇ। ਤੇ ਭਾਜੀ ਇਹ ਤਿੰਨ ਅੰਡੇ ਦਾ ਕੀ ਕਰਨਾ ਹੈ? ਇਹ ਬਾਅਦ ਚੋਂ ਦੇਖਾਂਗੇ ਇਹਦਾ। ਅੱਛਾ ਇਹ ਭਾਜੀ ਨੇ ਚਟਨੀ ਵੀ ਸੁੱਟਦੀ ਉੱਪਰ? ਨਹੀਂ ਕੈਚਅਪ ਸੁੱਟਿਆ। ਹਾਂ ਇਹ ਵਾਲਾ ਮਸਾਲਾ ਸੁੱਟਿਆ, ਨਹੀਂ ਸੋਰੀ ਚਟਨੀ ਸੁੱਟੀ ਹੈ। ਤੇ ਬਾਕੀ ਤੁਸੀਂ ਦੱਸੋ ਤੁਹਾਡੇ ਵਲੌਗ ਕਿਵੇਂ ਲੱਗ ਰਹੇ ਨੇ? ਅਗਰ ਲੱਗ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਕਦੇ ਸੋਚੇ ਮਤ, ਸਬਸਕ੍ਰਾਈਬ ਕੀਜੀਏ। ਕਦੇ ਕਦੇ ਐਸੇ ਵਲੌਗ ਵੀ ਆ ਸਕਦੇ ਨੇ। ਤੇ ਅੱਜ ਰੁਕੋ, ਤੁਹਾਨੂੰ ਇੱਕ ਹੋਰ ਅਪਡੇਟ ਦੇ ਦਈਏ। ਅੱਜ ਸਾਡਾ ਭਾਜੀ ਨਾਲ ਹੈਗਾ ਇੱਥੇ ਆਖਰੀ ਦਿਨ। ਓ ਮਾਈ ਗੋਡ, ਆਪਾਂ ਤੁਹਾਨੂੰ ਬਹੁਤ ਯਾਦ ਕਰਾਂਗੇ ਭਾਜੀ, ਮੈਂ ਬਹੁਤ ਮਿਸ ਕਰਾਂਗਾ ਤੁਹਾਨੂੰ ਭਾਜੀ। ਅਸੀਂ ਤੁਹਾਡਾ ਜਿਹੜਾ ਇਹ ਆਮਲੇਟ ਹੈਗਾ ਬਹੁਤ ਮਿਸ ਕਰਾਂਗੇ। ਕਰਨਾ ਹੀ ਪੈਣਾ, ਬਿਲਕੁਲ ਕਰਾਂਗੇ। ਤੇ ਅੱਜ ਅਸੀਂ ਜਾ ਰਹੇ ਹਾਂ ਜੀ, ਇੱਥੋਂ ਸਾਡੀ ਲੋਕੇਸ਼ਨ ਚੇਂਜ ਹੋ ਚੁੱਕੀ ਹੈ। ਤੇ ਭਾਜੀ ਇੱਥੇ ਰਹਿਣਗੇ ਤੇ ਫਾਨੀ ਜੀ ਰਹਿਣਗੇ। ਤੇ ਤੁਸੀਂ ਬਾਕੀ ਗੱਲਾਂ ਛੱਡੋ। ਆ ਦੇਖੋ ਭਾਜੀ ਦਾ ਤੁਸੀਂ ਟੈਲੈਂਟ ਦੇਖੋ। ਆਏ ਹਾਂ ਹਾਂ ਭਾਜੀ, ਤੁਸੀਂ ਜਿਹੜਾ ਇਹ ਥੱਲੋ ਹੈ ਕੱਢਿਆ ਨਾ, ਇਹ ਤੇ ਅਸਲੀ ਮਜ਼ਾ ਹੈ ਇਹ ਭਾਜੀ, ਸਿੱਖਣੀਆਂ ਪੈਂਦੀਆਂ ਚੀਜ਼ਾਂ। ਮੈਂ ਕਹਿੰਦਾ ਜਿਹੜਾ ਇਹ ਉਹ ਦੇਖ ਰਿਹਾ ਨਾ, ਉਹਨਾਂ ਦੇ ਮੂੰਹ 'ਚ ਪਾਣੀ ਆ ਗਿਆ ਹੋਣਾ ਭਾਜੀ। ਜਿਹਨਾਂ ਦੇ ਮੂੰਹ 'ਚ ਪਾਣੀ ਆਇਆ ਉਹ ਪਾਣੀ ਪੀ ਲਓ, ਉਹਨਾਂ ਨੂੰ ਪਿਆਸ ਲੱਗੀ ਹੋਈ ਤਾਂ ਉਹ ਪੀ ਲਓ। ਹਾਂਜੀ ਤੁਸੀਂ ਤੁਸੀਂ ਪਾਣੀ ਜੋ ਤੁਹਾਡੇ ਮੂੰਹ 'ਚ ਆਇਆ ਉਹ ਪੀ ਲਓ, ਕਿਉਂਕਿ ਤੁਸੀਂ ਲੈ ਤਾਂ ਸਕਦੇ। ਵਾਟ ਜੇ ਤੁਸੀਂ ਖਾਣਾ, ਜੇ ਤੁਸੀਂ ਖਾਣਾ ਤਾਂ ਫਿਰ ਇੱਥੇ ਆ ਜਾਓ ਭਾਜੀ ਕੋਲ। ਅਸੀਂ ਆ ਦੇਖੋ ਜੀ ਇਹ ਚੱਕੋ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਵਾਹ 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 ਭਾਜੀ, ਕਿਆ ਗੱਲ, ਐਂਡ ਗੱਲਬਾਤ ਭਾਜੀ। ਆਹ ਹਾਂ ਐਂਡ ਗੱਲਬਾਤ ਭਾਜੀ। ਤੇ ਭਾਜੀ ਨੇ ਤੇਲ ਸਿੱਟਦਾ ਦੁਆਰਾ ਉੱਤੇ। ਤੇ ਮੈਨੂੰ ਲੱਗਦਾ ਭਾਜੀ ਤਿੰਨ ਅੰਡਿਆਂ ਦਾ ਕੁਛ ਹੋਰ ਵੀ ਬਣਾਉਣਗੇ। ਹਾਂ ਪੂਰਾ ਘੁਮਾ ਦਿਓ ਭਾਜੀ, ਕਿੰਨਾ ਤੇਲ ਲਹਿਰਾਉਂਦਾ ਭਾਜੀ। ਇਹ ਤੁਸੀਂ ਬੜਾ ਸਹੀ ਕੀਤਾ ਜਿਹੜਾ ਤੇਲ ਥੋੜ੍ਹਾ ਪਾਇਆ। ਮੈਂ ਕੀ ਕਰਦਾ ਸੀ, ਮੈਂ ਪੂਰਾ ਤੇਲ ਉਹ ਤੇਲ ਕਰ ਦਿੰਦਾ। ਦੇਖੋ ਥੋੜ੍ਹਾ ਘੱਟ ਭਾਜੀ ਰੱਖੀਦਾ। ਅੱਛਾ ਕਿਉਂਕਿ ਆਪਾਂ ਘੱਟ ਤੇਲ 'ਚ ਬਣ ਜਾਏ ਤਾਂ ਜ਼ਿਆਦਾ ਸਵਾਦ ਆਉਂਦਾ। ਹਾਂ ਆਪਾਂ ਕੀ ਕਰਦੇ ਸੀ, ਆਪਾਂ ਤਾਂ ਭਾਈ ਤੇਲੋ ਤੇਲ ਕਰ ਦਿੰਦੇ ਹੁੰਦੇ ਸੀ। ਤੇਲੋ ਤੇਲ ਤੇ ਉਹ ਅੰਡੇ 'ਚ ਵਿੱਚ ਹੀ ਤੇਲੋ ਤੇਲ ਦਾ ਟੇਸਟ ਆਉਂਦਾ ਸੀ ਭਾਜੀ। ਫਿਰ ਉਹ ਮੇਲੋ ਮੇਲ ਨਹੀਂ ਹੋ ਪਾਉਂਦਾ, ਫਿਰ ਉਹ ਮੇਲੋ ਮੇਲ ਨਹੀਂ ਹੋ ਪਾਉਂਦਾ ਸੀ ਨਾ। ਚਲੋ ਇੱਕ ਹੋਰ ਅੰਡਾ ਜਾਊਗਾ ਵਿੱਚ। ਆ ਦੇਖੋ ਟੁੱਟਿਆ, ਟੁੱਟਿਆ ਨਹੀਂ, ਆ ਗਿਆ ਏ। ਦੇਖੋ ਕਿਵੇਂ ਫੈਲਦਾ ਹੈ ਭਾਜੀ, ਟੈਲੈਂਟ ਤਾਂ ਭਾਜੀ ਤੁਹਾਡਾ ਹੀ ਹੈ, ਅਸੀਂ ਤਾਂ ਫਿਰ ਖਾਣ ਵਾਲੇ ਹੁੰਦੇ ਹਾਂ। ਆ ਗਿਆ ਏ ਦੇਖੋ, ਇੱਕ ਹੋਰ ਜਾਊਗਾ। ਹੁਣ ਤਿੰਨ ਅੰਡੇ ਦਾ ਬਣਾਓਗੇ ਤੁਸੀਂ? ਤਿੰਨ ਅੰਡਿਆਂ ਦਾ ਕਰ ਦਿੰਦੇ ਹਾਂ। ਚਲੋ ਤਿੰਨ ਅੰਡੇ ਦਾ ਕਰ ਦਿੰਦੇ ਹਾਂ। ਇਸ ਵਾਰੀ ਜ਼ਿਆਦਾ ਫੈਲਾ ਫੈਲਾ ਹੋ ਗਿਆ ਹੈ ਜਾਂ? ਉਹ ਫੈਲਾ ਫੈਲਾ ਹੋ ਗਿਆ, ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਮੈਨੂੰ ਲੱਗਦਾ ਇਸ ਟਾਈਮ। ਕੋਈ ਨਹੀਂ ਮਿਹਨਤ ਤਾਂ। ਆਹ ਦੇਖੋ ਆਹ ਮਸਾਲਾ ਫਿਰ ਜਾਊਗਾ ਉੱਤੇ ਜੀ, ਆ ਗਿਆ ਇਹ ਮਸਾਲਾ। ਮੈਂ ਕਹਿੰਦਾ ਜਿਹੜੀ ਇਹ ਫ੍ਰੈਗਰੈਂਸ ਆ ਰਹੀ ਹੈ ਨਾ ਮਸਾਲਿਆਂ ਦੀ, ਪੁੱਛੋ ਨਾ ਤੁਸੀਂ, ਇਹ ਸਾਨੂੰ ਪਤਾ ਹੈ। ਸਾਨੂੰ ਪਤਾ ਸੀ ਕਿਵੇਂ ਕੰਟਰੋਲ ਕਰ ਰਹੇ ਇਸ ਟਾਈਮ, ਜਿਹੜਾ ਮਸਾਲੇ ਦੀ ਫ੍ਰੈਗਰੈਂਸ ਆ ਰਹੀ ਹੈ ਨਾ। ਉਹ ਹੋਏ 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 ਗੱਲਬਾਤ ਆ ਰਹੀ ਹੈ ਪੂਰੀ ਭਾਜੀ ਪੂਰਾ। ਮੈਂ ਕਿਹਾ ਇੱਕ ਵੀ ਜਗ੍ਹਾ ਛੱਡੀ ਨਹੀਂ ਮਸਾਲੇ ਵਾਸਤੇ ਤੁਸੀਂ। ਕਿਵੇਂ
प्यार क्योंकि अगर प्यार पाओगे तो फिर आमलेट होर ज्यादा प्यारा बनेगा तो टेस्टी बनेगा। तो भाजी ने हुण ये प्यार पाया क्या पाया? ये तो बस एवं है, ये तो तुसी चटनी पाई है भाजी, है ना? चटोले बनो। ये मिर्ची है भाई, तुसी टेंशन ना लो, कोई मिर्ची नहीं लगेगी तुहानू। हाँ जी, धुआं निकलेगा तो सवेरे निकलेगा। क्या क्या कहना कहना क्या चाह रहे हैं भाई आप? कुछ नहीं होगा। नहीं नहीं, तुसी इतना प्यार नाल पाए तो धुआं कढ़ना नहीं, आपां विच पा के रखना पता। आपां थोड़ा प्यार है, मैं कढ़ने देना। मैं लगता पिछली बारी तुसी नमक पाया नहीं भाजी, लून स्वाद अनुसार पाया है। अच्छा पाया, इधर ज्यादा पाया लगता भाजी। आ तुसी जिहड़ा इह कीता ना, इह स्टफिंग कीते जिहड़ी इहदी, कमाल है भाजी। आ देखो जी जिहड़ी कैसे बाहर आ रहा ना, इहदा स्वाद है। चलो जी, भाजी ने दो आमलेट तैयार कर दिते ने, इहदे उत्ते मसाले होर पाणगे, मसाला होर पाता पिज्जे वाला, ते मसाला पा के जो इत्थे बाहर बह के आप एक व्यू का आनंद लवांगे, ते व्यू दे विच खावांगे भाजी। भाजी वाह वाह, तुसी व्यू चेक करो नाल दे नाल। आमलेट पै जाना थले, भाजी भी फोटो कर लो पहले लै रहे ने। स्नैपचैट तो बंदी है भाजी, इन्नी तुसी जिहड़ी मेहनत कीती है, स्नैपचैट ते बंदी है भाजी। भाजी रिस्पोंस देंगे किवें दा रिएक्शन आंदा, देखो चेक करो। हाय हाय, गुलगुला गुलगुला होया पिया है भाजी। इन्ना टाइम क्या स्वाद, करोना हो गया कि टेस्ट नहीं टेस्ट भाजी? मैनू लगता है स्वाद स्वाद थोड़ा ज़्यादा हो गया। क्या मसाले ज्यादा पै गए ने? मसाले ज्यादा नहीं पै गए, प्यार ज्यादा पै गया। भाजी ने प्यार ज्यादा पाता। चलो हम तुम चेक करो। ओके आपां चेक करदे आं, रुको आण दो इत्थे, कुड़ा नहीं। प्यार बहुत ज्यादा पै चुके भाजी। कोई गल नहीं, आपां इस प्यार नूं खावांगे। मतलब क्या बात ने। ਮੈਨੂੰ ਪਤਾ ਤੁਹਾਡੇ ਮੂੰਹ 'ਚ ਪਾਣੀ ਆ ਰਿਹਾ ਹੋਣਾ, ਤੁਸੀਂ ਪਾਣੀ ਪੀ ਸਕਦੇ ਹੋ ਜਾਂ ਤੁਸੀਂ ਬਣਾ ਸਕਦੇ ਹੋ ਆਪੇ। ਆਂਡੇ ਲੈ ਲਓ, ਰੈਸਪੀ ਤੁਹਾਨੂੰ ਦੱਸਤੀ ਹੈ, ਅਤੇ ਆਹ ਚੈੱਕ ਕਰੋ ਭਾਜੀ। ਚਲੋ ਹੁਣ ਆਪਾਂ ਖਾ ਲੈਂਦੇ, ਹੁਣ ਆਪਾਂ ਬਸ ਕਰਦੇ ਹਾਂ, ਵੀਡੀਓ ਦੇ ਚੱਕਰ 'ਚ ਭਾਜੀ ਨੇ ਸਾਰਾ ਰਗੜ ਦੇਣਾ ਅਤੇ ਮੈਨੂੰ ਮਿਲਣਾ ਕੋਈ ਨਹੀਂ, ਅਤੇ ਆਪਾਂ ਚਲੋ ਖਾ ਕੇ ਮਿਲਦੇ ਤੁਹਾਨੂੰ। ਖਤਮ, ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ।